ਉਹ ਵੀਰ ਮੂਸੇ ਵਾਲਾ ਸੀਗਾ ਮੈਂ ਉਹਦੇ ਗੀਤਾਂ ਦਾ ਕੋਈ ਹਮ ਹੀ ਨਹੀਂ ਹੁਣ ਕਲਾਕਾਰ ਸਾਰੇ ਸਟੇਜਾਂ ਤੇ ਗਾਉਣ ਲੱਗ ਪਏ ਐਵੇਂ ਬੱਲੇ ਬੱਲੇ ਫੋਕੇ ਨੂੰ ਅਸੀਂ ਉਹਦੇ ਗੀਤਾਂ ਦੇ ਹਮ ਹੀ ਨਹੀਂ ਪਰ ਉਹਦਾ ਦੁੱਖ ਬਹੁਤ ਲੱਗਿਆ ਦੁੱਖ ਕਿਉਂ ਲੱਗਿਆ ਉਹਦੇ ਬੇਬੇ ਬਾਪੂ ਵੱਲ ਦੇਖ ਕੇ ਮਾਪਿਆਂ ਦੀ ਇਕੱਲੀ ਔਲਾਦ ਨਾ ਹੋਰ ਕੋਈ ਭੈਣ ਨਾ ਹੋਰ ਭਾਈ ਐਡੀ ਵੱਡੇ ਮਹਿਲ ਛੱਤ ਲੈ ਗੱਡੀਆਂ ਟਰੈਕਟਰ ਵੀ ਦਸ ਦਸ ਖੜੇ ਕਰ ਲਏ ਪਰ ਹੁਣ ਬਿਲਕੁਲ ਉਹਨਾਂ ਅੱਗੇ ਨੇਰ ਹੈ ਸੋ ਇਹ ਮੇਰੀ ਮਾਲਕ ਅੱਗੇ ਅਰਦਾਸ ਬੇਨਤੀ ਹੈ ਕਿਸੇ ਵੀ ਮਾਪਿਆਂ ਨੂੰ ਇਹ ਦਿਨ ਨਾ ਦੇਖਣੇ ਪੈਣਗੇ ਜੇ ਜਿਉਂਦੇ ਜੀ ਆਪਣੇ ਬੱਚਿਆਂ ਦੇ ਮੋਢੇ ਤੇ ਮੋਢਾ ਦੇਣਾ ਪਵੇ ਉਹਨਾਂ ਦੀਆਂ ਅੰਤਿਮ ਵਿਦਾਇਗੀ ਲਈ ਇਹ ਅਰਦਾਸ ਕਰਿਓ ਔਰ ਬੱਚਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਵੀ ਵਿੱਚੇ ਹੀ ਜਿਉਂਦੇ ਜੀ ਬਜ਼ੁਰਗਾਂ ਦਾ ਜਿੰਨੀਆਂ ਅਸੀਸਾਂ ਲੈ ਸਕਦੇ ਉਹਦੀ ਚੜ੍ਹਾਈ ਦਾ ਇੱਕੋ ਹੀ ਕਾਰਨ ਸੀ ਮੈਂ ਗੱਲ ਫਿਰ ਵਿੱਚੋਂ ਕੱਟ ਗਿਆ ਤੁਸੀਂ ਸੋਸ਼ਲ ਮੀਡੀਆ ਦੇ ਉਹਦੇ ਗੀਤਾਂ ਦਾ ਸਬਜੈਕਟ ਨਾਲ ਅਸੀਂ ਸਹਿਮਤ ਨਹੀਂ ਪਰ ਜਿੰਨੀ ਕਿ ਉਹਨੂੰ ਉਚਾਈ ਕਿਉਂਕਿ ਹਰ ਤਰ੍ਹਾਂ ਦੇ ਸਰੋਤੇ ਆ ਕੁਝ ਤੁਹਾਨੂੰ ਮੇਰੀਆਂ ਗੱਲਾਂ ਸੋਹਣੀਆਂ ਲੱਗਦੀਆਂ ਜਿਹੜਾ ਨਵਾਂ ਯੂਥ ਹੈ ਉਹਨੂੰ ਇੱਦਾਂ ਥੋੜੀਆਂ ਐਗਰੈਸਿਵ ਗੱਲਾਂ ਸੋਹਣੀਆਂ ਲੱਗਦੀਆਂ ਪਰ ਇੱਕ ਗੱਲ ਉਹਦੀ ਵੱਡੀ ਸੀ ਜਿਹੜੀ ਮੈਂ ਨੋਟ ਕਰਦਾ ਸੀ ਉਹ ਆਪਣੇ ਬੇਬੇ ਬਾਪੂ ਨੂੰ ਬਹੁਤ ਪ੍ਰੋੜਤਾ ਦਿੰਦਾ ਸੀ ਹਰ ਗੱਲ ਤੇ ਮੇਰੀ ਮਾਂ ਮਾਂ ਮੈਂ ਤੇਰੇ ਵਰਗੇ ਹੀ ਲੱਗਦਾ ਬਾਪੂ ਆਪਣੀਆਂ ਜ਼ਿੰਮੇਵਾਰੀਆਂ ਦਾ ਮੋਢਾ ਮੈਨੂੰ ਦੇ ਦੇ ਗੀਤਾਂ 'ਚ ਵੀ ਵੈਸੇ ਵੀ ਸੋ ਉਹ ਜਿਹੜੀ ਇੱਕ ਗੱਲ ਸਿੱਖਣ ਵਾਲੀ ਸੀ ਉਹ ਬਹੁਤ ਵੱਡੀ ਸੀ ਕਿ ਆਪਣੇ ਮਾਪਿਆਂ ਦੀਆਂ ਦੁਆਵਾਂ ਕਰਕੇ ਬੰਦਾ ਕਿੱਥੇ ਤੋਂ ਨਹੀਂ ਗਾਉਂਦੀ ਹੁਣ ਪੰਜਾਬ 'ਚ 10,000 ਕਲਾਕਾਰ 10,000 ਕਲਾਕਾਰ ਸ਼ਾਇਦ ਹੁਣ ਹੋਰ ਵੱਧ ਗਏ ਹੁਣ ਮੇਰੇ ਵਰਗੇ ਵਿੱਚ ਰਲਾ ਗਏ ਪਰ ਜਿਨ੍ਹਾਂ ਦੇ ਨਾਲ ਮਾਪਿਆਂ ਦੀਆਂ ਦੁਆਵਾਂ ਹੈ ਗਾਉਣਾ ਘੱਟ ਵੱਧ ਵੀ ਆਉਂਦਾ ਹੋਵੇ ਜਿਨ੍ਹਾਂ ਨਾਲ ਸਵੇਰੇ ਹੀ ਹਰ ਸਾਹ ਨਾਲ ਦੁਆਵਾਂ ਜੁੜਨਾ ਆਪਣੇ ਮਾਪਿਆਂ ਦੀਆਂ ਉਹ ਬੰਦੇ ਕਿਤੇ ਨਾ ਕਿਤੇ ਕਿਨਾਰੇ ਲੱਗਦੇ ਆ ਕਈ ਵਾਰ ਮਾਲਕ ਬਹੁਤ ਉੱਚੇ ਲੈ ਜਾਂਦੇ ਸੋ ਮਾਂ ਨਹੀਂ ਮਿਲਣੀ ਉਸ ਗੀਤ ਨੂੰ ਤੁਸੀਂ ਬੜਾ ਪਿਆਰ ਦਿੱਤਾ ਧੰਨਵਾਦ ਵੀਰੇ ਤੁਸੀਂ ਚੰਗਾ ਸੁਣਦੇ ਯੂਟਿਊਬ ਤੋਂ ਬੜੀ ਮਿਹਰਬਾਨੀ ਘਰ ਛੱਡ ਕੇ ਬਾਹਰੋਂ ਭਾਲਦਾ ਏ ਓਏ ਥਾਂ ਥਾਂ ਤੇ ਦੀਵੇ ਬਾਲਦਾ ਏ ਇੱਕ ਵਾਰੀ ਉੱਠ ਗਈ ਮਮਤਾ ਦੀ ਸਿਰੋਂ ਸ਼ਾਨੀ ਮਿਲਣੀ ਰੱਬ ਤੇ ਤੈਨੂੰ ਮਿਲ ਜੂ ਓਏ ਸੱਜਣਾ ਮਾਨੀ ਮਿਲਣੀ ਰੱਬ ਤੇ ਤੈਨੂੰ ਮਿਲ ਜੂ ਓਏ ਸੱਜਣਾ ਮਾਨੀ ਮਿਲਣੀ ਠੰਡੜੀ ਸ਼ਾਨੀ ਮਿਲਣੀ ਤੈਨੂੰ ਸ਼ਾਮਾਂ ਦੇਣ ਲਈ ਓਏ ਧੁੱਪਾਂ ਵਿੱਚ ਸੜਦੀ ਰਹੀ ਤੇਰੇ ਪੈਰ 'ਚ ਰੋੜ ਨਾ ਚੁੱਭ ਜਾਏ ਰੋੜ ਨਾ ਚੁੱਭ ਜਾਏ ਤਲੀਆਂ ਥੱਲੇ ਧਰਦੀ ਰਹੀ ਓਏ ਬਚਪਨ ਵਿੱਚ ਜਿਹਨੇ ਚੁੱਕਿਆ ਉਹ ਤੈਨੂੰ ਬਾਣੀ ਮਿਲਣੀ ਰੱਬ ਤੇ ਤੈਨੂੰ ਮਿਲ ਜੂ ਓਏ ਸੱਜਣਾ ਮਾਨੀ ਮਿਲਣੀ ਰੱਬ ਤੇ ਤੈਨੂੰ ਮਿਲ ਜੂ ਓਏ ਸੱਜਣਾ ਮਾਨੀ ਮਿਲਣੀ ਠੰਡੜੀ ਸ਼ਾਨੀ ਮਿਲਣੀ ਓ ਆਪਣੇ ਢਿੱਡ ਨੂੰ ਦੇ ਕੇ ਗੰਡਾਂ ਓਏ ਪੇਟ ਜੀਨੇ ਤੇਰਾ ਭਰਿਆ ਮਾਂ ਭੁੱਖੀ ਰਹਿ ਸਕਦੀ ਪਰ ਬੱਚਿਆਂ ਨੂੰ ਭੁੱਖਿਆ ਨਹੀਂ ਸੌਣ ਦਿੰਦੀ ਪੰਜ ਪੁੱਤ ਹੁਣ ਆਫਿਸਰ ਲੱਗ ਜਾਣ ਕੁੱਤੇ ਭਾਵੇਂ ਵਧੀਆ ਨਸਲ ਦੇ ਰੱਖ ਲੈਣ ਪਰ ਬੇਬੇ ਬਾਪੂ ਨੂੰ ਸਾਂਭਣਾ ਲੋਕਾਂ ਲਈ ਮੌਤ ਬਰਾਬਰ ਹੈ ਆਪਣੇ ਢਿੱਡ ਨੂੰ ਦੇ ਕੇ ਗੰਡਾਂ ਓਏ ਪੇਟ ਜੀਨੇ ਤੇਰਾ ਭਰਿਆ ਤੇਰੀ ਹਰ ਇੱਕ ਖੁਸ਼ੀ ਦੀ ਖਾਤਰ ਹਰ ਇੱਕ ਦੁਖੜਾ ਜਰਿਆ ਓਏ ਮੰਗ ਲਈ ਉਹ ਤੋਂ ਜਾਂ ਤੈਨੂੰ ਨਾ ਨਹੀਂ ਮਿਲਣੀ ਰੱਬ ਤੇ ਤੈਨੂੰ ਮਿਲ ਜੂ ਓਏ ਸੱਜਣਾ ਨਹੀਂ ਮਿਲਣੀ ਠੰਡੜੀ ਸ਼ਾਨੀ ਮਿਲਣੀ
राए परवालिया किस्मत चंगी, किस्मत चंगी जिस हिस्से बेबे ते बापू आए। बच्चे ब्याहे जान दो तीन साल बाद घर की वंड वंडाई शुरू हो जाती, जमीन वंड ली, घर वंड ली, मशीनरी वंड ली, थाल कौलियां वंड ली, फिर वारी आती बजुर्गों की, बेबे बापू का की करिए। वह कहें छोटे खेच दो कनैल फालतू दे दौ, बेबे बापू वाल धक् दौ, क्योंकि बेबे खंघ दी है, बेबे नू दमा है, असी अपने जवाकों दमा थोड़े कराना। जा देखो कोई बिरद आश्रम, पर रायपुर वाले किस्मत चंगी, किस्मत चंगी जिस हिस्से बापू ते बेबे आई, उस नाल माड़ा होर की होना, ओए जिसने मां ठुकराई पाली ओनू ढोई कुल जहान मिलनी, रब ते तेनू मिल जू ओए सजना मानी मिलनी, रब ते तेनू मिल जू ओ सजना मानी मिलनी, ओए मामा ठंडिया शामा शामा कौन करे, ओए मामा ठंडिया शामा शामा कौन करे, ओए मामा दे हर जाने ओए लोको कौन परे। ओए मामा ठंडिया शामा शामा कौन करे। इस वीक च एक नवा गीत आ रहा, चुक लेंदे झट कनेड़े ओए जद पैरी रोड हुंदे ने, मामा ठंडिया शामा ते बापू बोड़ हुंदे ने, मामा ठंडिया शामा ते बापू बोड़ हुंदे ने, चाह बने खंड गुड़ तो, चाह बने खंड गुड़ तो, ओए ना कदे बने मखाणिया तो, बापू कैसी शह है पुछो कदे जतीम ने आने तो, जग दे ताने बने जना नहीं कौन हुंदे ने, मामा ठंडियां शामा बापू ओड़ हुंदे ने, बापू ओड़ हुंदे ने, बापू ओड़ हुंदे। बेबे बापू ले खुल के ताड़िया, हुण आखरी फिर मेला गा के जाने आ। हां जी धीरा, अगले साल नूं तेरी तंदुरुस्ती रवे, साडी तंदुरुस्ती रवे, दो चार साल बाद फिर आईए, एदा प्रार्थना करिया करो। पर जिंदगी दा सच की है रितन भाजी, की पता कदों आ जाना है अखीरी वेला, की पता किस दा आ जाना कदों अखीरी वेला, वो एक दिन छड जाना ए दुनिया दा वेला, एक दिन छड जाना ए दुनिया दा वेला, वो एक दिन छड जाना ए दुनिया दा वेला।